संगीत एक वगदी नदी है ते हर कलाकार ऐ सरोवर विच अपनी कला ते सुरां दे जादू नाल एक अनोखा ही रंग घोलदा है। सत श्री अकाल, तुसी सुन रहे हो वीकेंड क्लासिक रेडियो शो खुशबू दे नाल सारेगामा पंजाबी यूट्यूब चैनल ते। इस शो विच असी हर हफ्ते गल करने हां पंजाबी संगीत ते उस दी विरासत नू संभालन ते अगे वधाउण वाले कलाकारां बारे। अज दे साडे प्रोग्राम विच असी जिस शख्सियत नाल रूबरू होवांगे उन्हां ने अपने करियर विच बस गायकी नू ही पूजिया, ना लाइमलाइट नू ते ना ही इस इंडस्ट्री दी चकाचौंध तों प्रभावित होए। शमशाद बेगम जी एक नाम जिसने बहुत चिर इस इंडस्ट्री ते राज तां कीता पर सुर दी सेविका बन के। सब तो पहला पेश है इन्हों का गीत बत्ती बाल के। मुड़ के इन्हों बारे गल्लां जारी रहनगियां। तुसी सुन रहे हो वीकेंड क्लासिक रेडियो शो खुशबू दे नाल। बत्ती बाल के बने रे उत्ते रखनिया, बत्ती बाल के बने रे उत्ते रखनिया, गली फुल न जावे जन मेरा आए नी। बत्ती बाल के बने रे उत्ते रखनिया, पूछ ना पवे ना कर मेरा आए नी। बत्ती बाल के बने रे उते रखनिया, कदी बनिया कदी बनिया ते उठ उठ नसनिया, अगे लंग न जावे जन मेरा हाए नी। बत्ती बाल के बने रे उते रखनिया, आके मुड़ न जावे माही मेरा हाए नी। बत्ती बाल के बने रे उते रखनिया, गली फुल न जावे जन मेरा हाए नी। बत्ती बाल के बने रे उते रखनिया। मैं उम्मीद करनी हां तुसी वीकेंड क्लासिक रेडियो शो दे इस एपिसोड नू एंजॉय कर रहे होगे। इस वीडियो नू जरूर लाइक करो ते अपने दोस्तां ते परिवार नाल इस एपिसोड नू शेयर करो। ओ भी तो मजे लैन ते सारे गामा पंजाबी यूट्यूब चैनल नू सब्सक्राइब करना बिल्कुल ना भूलियो। Thank you.
ਨੇੜਾ ਮਾਰੇ ਗੁਲਫਾਂ ਦੀ ਨਲ ਫੁੱਲ ਚਿੜੀਆਂ ਨਿਹਵਲੀਏ ਨਲ ਚੁੰਨੀ ਮੁਲਾ ਲੈ ਸਾਰੇ ਹਾਏ ਸੋਨੀਏ ਜਨ ਥਨ ਕੇ ਚੱਲੀ ਮਨ ਥਨ ਕੇ ਚੱਲੀ ਦਿਲ ਥਨ ਕੇ ਚੱਲੀ ਜਰਾ ਥਨ ਕੇ ਚੱਲੀ ਯਾਰੇ ਡਾਂਗ ਮਾਰ ਕੇ ਚੁੜਾ ਦੇ ਅਠੱਕੇ ਤੈਨੂੰ ਕੋਈ ਜਰਾ ਸਕੇ ਬਾਕੀ ਨਾਰੇ ਨੀ ਕਿਸ਼ਨ ਤਾਰੇ ਨੀ ਕਮਾਲ ਦੀ ਜੋੜੀ ਸੀ ਇਸ ਗਾਇਕੀ ਦੀ, ਸ਼ਮਸ਼ਾਦ ਬੇਗਮ ਜੀ ਤੇ ਮੁਹੰਮਦ ਰਫੀ ਸਾਹਿਬ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਗਾਇਕੀ ਦੇ ਇੰਨੇ ਉੱਚੇ ਪੱਧਰ ਤੇ ਸੀ ਇਹਨਾਂ ਦਾ ਕਰੀਅਰ ਕਿ ਇੱਕ ਟਾਈਮ ਉਹ ਆਇਆ ਕਿ ਲਤਾ ਮੰਗੇਸ਼ਕਰ ਜੀ ਨੇ ਉਸ ਕੋਰਸ ਵਿੱਚ ਗਾਇਆ ਜਿਸ ਦੀ ਲੀਡ ਸਿੰਗਰ ਸ਼ਮਸ਼ਾਦ ਬੇਗਮ ਸੀਗੇ। ਉਹ ਕਿੱਸਾ ਅੱਗੇ, ਪਹਿਲਾਂ ਗੱਲ ਸ਼ੁਰੂ ਕਰਨੇ ਹਾਂ ਇਹਨਾਂ ਦੀ ਆਪਦੀ ਸ਼ੁਰੂਆਤ ਤੋਂ। ਬੇਗਮ ਜੀ ਦਾ ਜਨਮ ਹੋਇਆ 14 ਅਪ੍ਰੈਲ 1919 ਵਿੱਚ, ਯਾਨੀ ਅੰਮ੍ਰਿਤਸਰ ਦੇ ਜਲਿਆਂਵਾਲਾ ਕਤਲੇਆਮ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਨੇੜੇ ਹੀ ਲਾਹੌਰ ਵਿਖੇ, ਇੱਕ ਬਹੁਤ ਹੀ ਆਮ ਰੂੜੀਵਾਦੀ ਮੁਸਲਿਮ ਪਰਿਵਾਰ ਵਿੱਚ, ਜਿੱਥੇ ਇਹਨਾਂ ਦੇ ਅੱਬਾ ਇੱਕ ਮਕੈਨਿਕ ਸੀਗੇ ਅਤੇ ਅੰਮੀ ਨੇ ਇੱਕ ਘਰੇਲੂ ਜੀਵਨ ਚੁਣਿਆ ਅਤੇ ਆਪਣੇ 8 ਬੱਚਿਆਂ ਨੂੰ ਹੀ ਪਾਲਣ ਵੱਲ ਧਿਆਨ ਦਿੱਤਾ। ਇਹਨਾਂ ਦੀ ਆਵਾਜ਼ ਦੇ ਜਾਦੂ ਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਨੇ ਪਹਿਚਾਣਿਆ ਅਤੇ ਉਸ ਤੋਂ ਬਾਅਦ 10 ਸਾਲ ਦੀ ਉਮਰ ਵਿੱਚ ਇਹਨਾਂ ਨੇ ਡਿਵੋਸ਼ਨਲ ਕਾਰਿਆਕ੍ਰਮ ਅਤੇ ਪਰਿਵਾਰਿਕ ਵਿਆਹਾਂ ਵਿੱਚ ਗਾਣਾ ਸ਼ੁਰੂ ਕੀਤਾ। ਇਹਨਾਂ ਨੂੰ ਗਾਇਕੀ ਦੀ ਕੋਈ ਰਸਮੀ ਤਾਲੀਮ ਨਹੀਂ ਮਿਲੀ ਅਤੇ ਨਾ ਹੀ ਕਰਦਿਆਂ ਦਾ ਸਹਿਯੋਗ।
ਫਿਰ ਕਿਸ ਤਰ੍ਹਾਂ ਰੂੜੀਵਾਦੀ ਪਿਛੋਕੜ ਤੋਂ ਫਿਲਮ ਇੰਡਸਟਰੀ ਵਿੱਚ ਇੰਨਾ ਨਾਮ ਕਮਾਇਆ। ਇਹਨਾਂ ਗੀਤਾਂ ਤੋਂ ਬਾਅਦ ਇਹ ਕਿੱਸਾ ਜਾਰੀ ਰਹੇਗਾ। ਸੁਣਦੇ ਰਹੋ, ਸਾਡੇ ਨਾਲ ਬਣੇ ਰਹੋ। ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਰੱਬ ਨਾ ਕਰੇ ਜੇ ਚੱਲਾ ਜਾਏ ਤੂੰ ਵਿਛੜ ਕੇ ਵੇ ਦੱਸ ਰੋਇਆ ਕਰੇਗਾ ਸਾਨੂੰ ਯਾਦ ਕਰਕੇ ਵੇ ਦੱਸ ਰੋਇਆ ਕਰੇਗਾ ਸਾਨੂੰ ਯਾਦ ਕਰਕੇ ਵੇ ਰੱਬ ਨਾ ਕਰੇ ਹੋਰ ਨਾਲ ਚਲੀ ਜਾਏ ਡੋਲੀ ਚੜ ਕੇ ਨੀ ਦੱਸ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਦੱਸ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਰੱਬ ਨਾ ਕਰੇ ਦਿਲ ਰੋਵੇ ਵੱਖਰਾ ਤੇ ਅੱਖ ਰੋਵੇ ਵੱਖਨੀ ਜਦੋਂ ਅੱਖ ਲੱਗਦੀ ਏ ਲੱਗਦੀ ਨਹੀਂ ਅੱਖਨੀ ਇਹਨਾਂ ਅੱਖੀਆਂ ਚ ਰਾਵੀ ਤੇ ਚੰਨਾ ਭਰ ਕੇ ਨੀ ਦੱਸ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਕਦੀ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਰੱਬ ਨਾ ਕਰੇ ਤੇ ਬਹਾਨੇ ਕਿਤੇ ਰੋਣਾ ਗੱਲ ਪਾਈਨਾ ਸਾਨੂੰ ਭੁੱਲ ਜਾਵੇਂ ਜੇ ਤੂੰ ਦੁਨੀਆ ਤੋਂ ਡਰ ਕੇ ਨੀ ਦੱਸ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਕਦੀ ਰੋਇਆ ਕਰੇਗੀ ਸਾਨੂੰ ਯਾਦ ਕਰਕੇ ਨੀ ਰੱਬ ਨਾ ਕਰੇ ਰੱਬ ਨਾ ਕਰੇ ਜੇ ਚੱਲਾ ਜਾਏ ਤੂੰ ਵਿਛੜ ਕੇ ਵੇ ਦੱਸ ਰੋਇਆ ਕਰੇਗਾ ਸਾਨੂੰ ਯਾਦ ਕਰਕੇ ਵੇ ਦੱਸ ਰੋਇਆ ਕਰੇਗਾ ਸਾਨੂੰ ਯਾਦ ਕਰਕੇ ਵੇ ਰੱਬ ਨਾ ਕਰੇ ਰੱਬ ਨਾ ਕਰੇ ਸਾਡਾ ਇਹ ਐਪੀਸੋਡ ਪਸੰਦ ਆਇਆ ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ Thank you.
ਉੱਥੇ ਡਾਂਗ ਨੇ ਕਿਸੇ ਦੀ ਚੱਲਦੀ ਉੱਥੇ ਡਾਂਗ ਨੇ ਕਿਸੇ ਦੀ ਚੱਲਦੀ ਨੀ ਜਿੱਥੇ ਚੱਲੇ ਤੀਰ ਅੱਖਦਾ ਨੀ ਜਿੱਥੇ ਚੱਲੇ ਤੀਰ ਅੱਖਦਾ ਉੱਥੇ ਡਾਂਗ ਨੇ ਕਿਸੇ ਦੀ ਚੱਲਦੀ ਸਾਨੂੰ ਮੁੱਛ ਨੂੰ ਮਰੋੜੇ ਦੇਵੇ ਮੈਂ ਤੁਹਾਨੂੰ ਮੁੱਛ ਨੂੰ ਮਰੋੜੇ ਦੇਵੇ ਮੈਂ ਕਿਹੜਾ ਤੇਰਾ ਸਾਥ ਤੋੜਿਆ ਖੇਤ ਹਵਾਲੇ ਤੇਰੇ ਨੀ ਸਾਰਾ ਖੇਤ ਹਵਾਲੇ ਤੇਰੇ ਨੀ ਅਸਾਂ ਤੈਨੂੰ ਕਦੋਂ ਮੋੜਿਆ ਨੀ ਅਸਾਂ ਤੈਨੂੰ ਕਦੋਂ ਮੋੜਿਆ ਸਾਰਾ ਖੇਤ ਹਵਾਲੇ ਤੇਰੇ ਵੇ ਮੈਂ 15 ਮੁਰੱਬਿਆਂ ਵਾਲੀ ਵੇ ਮੈਂ 15 ਮੁਰੱਬਿਆਂ ਵਾਲੀ ਕਚਹਿਰੀ ਵਿੱਚ ਮਿਲੇ ਕੁਰਸੀ ਕਚਹਿਰੀ ਵਿੱਚ ਮਿਲੇ ਕੁਰਸੀ ਵੇ ਮੈਂ 15 ਮੈਨੂੰ ਬਿਨ ਤਨਖਾਵੋ ਕੁੜੀਏ ਨੀ ਮੈਨੂੰ ਬਿਨ ਤਨਖਾਵੋ ਕੁੜੀਏ ਮੁਰੱਬਿਆਂ ਤੇ ਰੱਖ ਮੁਨਸ਼ੀ ਮੁਰੱਬਿਆਂ ਤੇ ਰੱਖ ਮੁਨਸ਼ੀ ਮੈਨੂੰ ਬਿਨ ਤਨਖਾਵੋ ਕੁੜੀਏ ਤੇਰੇ ਹੱਸਿਆਂ ਚੱਲਣ ਫੁੱਲ ਚੜੀਆਂ ਤੇਰੇ ਹੱਸਿਆਂ ਚੱਲਣ ਫੁੱਲ ਚੜੀਆਂ ਤੇ ਇੱਕ ਵਾਰੀ ਹੱਸ ਕੇ ਵਖਾ ਤੇ ਇੱਕ ਵਾਰੀ ਹੱਸ ਕੇ ਵਖਾ ਤੇਰੇ ਹੱਸਿਆਂ ਚੱਲਣ ਫੁੱਲ ਚੜੀਆਂ ਪੁੱਤ ਜੱਟ ਦਾ ਬੜਾ ਟੁੱਟ ਪੈਣਾ ਵੇ ਪੁੱਤ ਜੱਟ ਦਾ ਬੜਾ ਟੁੱਟ ਪੈਣਾ ਤੇ ਹੱਸ ਕੇ ਤੇ ਦੰਦ ਗਿਣਦਾ ਓਏ ਹੱਸ ਕੇ ਤੇ ਦੰਦ ਗਿਣਦਾ ਪੁੱਤ ਜੱਟ ਦਾ ਬੜਾ ਵੱਜਦੀ ਬਦਲ ਵਾਂਗੂ ਗੱਜਦੀ ਪਰ ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ ਨਿਕਾਲੀ ਡਾਂਗ ਮੇਰੀ ਸੋਨੀਏ ਨਿਕਾਲੀ ਡਾਂਗ ਮੇਰੀ ਸੋਨੀਏ ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ ਲੱਡੂ ਵੰਡ ਦੀ ਗਲੀ ਦੇ ਵਿੱਚ ਨਿਕਲਾ ਵੇ ਲੱਡੂ ਵੰਡ ਦੀ ਗਲੀ ਦੇ ਵਿੱਚ ਨਿਕਲਾ ਵੇ ਸ਼ਾਲਾ ਤੇਰੀ ਡਾਂਗ ਟੁੱਟ ਪੈ ਓ ਸ਼ਾਲਾ ਤੇਰੀ ਡਾਂਗ ਟੁੱਟ ਪੈ ਲੱਡੂ ਵੰਡ ਦੀ ਗਲੀ ਦੇ ਵਿੱਚ ਨਿਕਲਾ ਚੰਨ ਦੀ ਮੈਂ ਸੈਰ ਕਰਾਵਾਂ ਨੀ ਤੈਨੂੰ ਚੰਨ ਦੀ ਮੈਂ ਸੈਰ ਕਰਾਵਾਂ ਤੇ ਰੂਸ ਦੇ ਰਾਕਟ ਤੇ ਰੂਸ ਦੇ ਰਾਕਟ ਤੇ ਤੈਨੂੰ ਚੰਨ ਦੀ ਮੈਂ ਸੈਰ ਕਰਾਵਾਂ ਉੱਥੇ ਜਾ ਕੇ ਮੈਂ ਚਰਖੀ ਡਾਵਾਂ ਨੀ ਉੱਥੇ ਜਾ ਕੇ ਮੈਂ ਚਰਖੀ ਡਾਵਾਂ ਤੇ ਜਿੱਥੇ ਤੇਰੇ ਹੱਲ ਵਗਦੇ ਪਿੰਡ ਵਿੱਚ ਚਾਨਣ ਤੇਰਾ ਸਾਰੇ ਪਿੰਡ ਵਿੱਚ ਚਾਨਣ ਤੇਰਾ ਨੀ ਮਾਂ ਦੀ ਮੋਮਬੱਤੀਏ ਨੀ ਮਾਂ ਦੀ ਮੋਮਬੱਤੀਏ ਸਾਰੇ ਪਿੰਡ ਵਿੱਚ ਚਾਨਣ ਤੇਰਾ ਤੈਨੂੰ ਲੈ ਜਾਵਾਂ ਕਸ਼ਮੀਰ ਜੇ ਤੂੰ ਬੰਦਾ ਮੇਰੀ ਹੀਰ ਪਾਵਾਂ ਸੋਨੇ ਦੀ ਜੰਜੀਰ ਨੀ ਤੂੰ ਬਿੰਦੀਏ ਨੀ ਤੂੰ ਬਿੰਦੀਏ ਮੇਰੇ ਪਿੰਡ ਦਾ ਰਾਹ ਬੇਸ਼ੱਕ ਬਾਪੂ ਦੇ ਕੋਲ ਜਾ ਨਹੀਂ ਓ ਬਾਪੂ ਦੀ ਪਰਵਾਹ ਨੀ ਗੋਬਿੰਦੀਏ ਨੀ ਗੋਬਿੰਦੀਏ ਮੈਂ ਤੇ ਐਵੇਂ ਕਰਦੀ ਸਾਂ ਮੇਰੇ ਦਿਲ ਵਿੱਚ ਤੇਰੀ ਥਾਂ ਆ ਜਾ ਫੜ ਲੈ ਮੇਰੀ ਬਾਂਹ ਮੇਰੇ ਮੱਖਣਾ ਮੇਰੇ ਸੱਜਣਾ ਵਾਹ।
ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਸ਼ਮਸ਼ਾਦ ਬੇਗਮ ਜੀ ਬਹੁਤ ਹੀ ਸਹਿਜ ਸੁਭਾਅ ਦੇ ਸੀਗੇ ਤੇ ਇਹਨਾਂ ਨੇ ਆਪਣੇ ਪਰਿਵਾਰ ਦੀ ਕਈ ਰੋਕ ਟੋਕ ਵਾਲੀਆਂ ਗੱਲਾਂ ਮੰਨੀਆਂ, ਪਰ ਇਸ ਦੇ ਨਾਲ ਨਾਲ ਇਹ ਵੀ ਸੀਗਾ ਕਿ ਆਪਣੇ ਦਿਲ ਦੀ ਗੱਲ ਵੀ ਹਮੇਸ਼ਾ ਸੁਣੀ, ਜਿਸ ਦੀ ਸ਼ੁਰੂਆਤ ਉਹਨਾਂ ਦੀ ਮੁਹੱਬਤ ਨਾਲ ਹੀ ਹੋਈ। 1932 ਵਿੱਚ ਇਹਨਾਂ ਦਾ ਸਾਹਮਣਾ ਹੋਇਆ ਪੜੋਸ ਵਿੱਚ ਰਹਿੰਦੇ ਇੱਕ ਹਿੰਦੂ ਲਾਅ ਸਟੂਡੈਂਟ ਗਣਪਤ ਲਾਲ ਬੱਟੋ ਨਾਲ। ਸਿਰਫ ਧਰਮ ਹੀ ਅਲੱਗ ਨਹੀਂ ਸੀ, ਬੱਟੋ ਜੀ ਉਮਰ ਵਿੱਚ ਵੀ ਇਹਨਾਂ ਤੋਂ ਕਈ ਸਾਲ ਵੱਡੇ ਸੀ, ਪਰ ਪਿਆਰ ਤਾਂ ਆਖਿਰ ਪਿਆਰ ਹੈ। ਦੂਜੇ ਪਾਸੇ ਇਹਨਾਂ ਦੇ ਘਰ ਵਾਲੇ ਵੀ ਇਹਨਾਂ ਲਈ ਰਿਸ਼ਤਾ ਲੱਭ ਰਹੇ ਸੀ। ਉਸ ਜ਼ਮਾਨੇ ਵਿੱਚ ਨਿਆਣੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਪਰਿਵਾਰਾਂ ਨੂੰ ਜਦ ਇਹਨਾਂ ਦੇ ਪਿਆਰ ਦਾ ਪਤਾ ਲੱਗਾ ਤਾਂ ਦੋਨੋਂ ਪਾਸਿਆਂ ਤੋਂ ਹੀ ਸਹਿਯੋਗ ਨਹੀਂ ਮਿਲਿਆ, ਪਰ ਅਖੀਰ ਇਹਨਾਂ ਦਾ ਪਿਆਰ ਸਿਰ ਚੜਿਆ ਅਤੇ 15 ਸਾਲ ਦੀ ਸ਼ਮਸ਼ਾਦ ਬੇਗਮ ਦਾ ਵਿਆਹ ਉਹਨਾਂ ਦੀ ਹੀ ਮਰਜ਼ੀ ਨਾਲ ਹੋਇਆ। ਅੱਗੇ ਪੇਸ਼ ਹੈ ਇਹਨਾਂ ਦਾ ਗੀਤ ਅੰਬੀਆਂ ਬੂਟਿਆਂ 'ਤੇ, ਜਿਸ ਦਾ ਸੰਗੀਤ ਦਿੱਤਾ ਹੰਸਰਾਜ ਬਹਿਲ ਜੀ ਨੇ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ। ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹਰ ਐਪੀਸੋਡ ਨੂੰ ਤੁਹਾਡੇ ਲਈ ਹੋਰ ਮਨੋਰੰਜਕ ਬਣਾਉਣ ਲਈ।
तेरी मेरी एक जिंदड़ी। जरा सामने ते आके खलो के तेरी मेरी एक जिंदड़ी, नी तेरी मेरी एक जिंदड़ी। सामने ते आके खलो के तेरी मेरी एक जिंदड़ी, नी तेरी मेरी एक जिंदड़ी। सारे अंदे नाल जिवें रहंदी सदा रात नी, तारियां दे नाल जिवें रहंदी सदा रात नी, तेरा मेरा इसे तरह जिंदगी दा साथ नी। तू दीप वे तू दीपक ते मैं तेरी लौ के तेरी मेरी एक जिंदड़ी, नी तेरी मेरी एक जिंदड़ी। साडी एक तस्वीर पावे दोने, जो होना है के तेरी मेरी एक जिंदड़ी, नी तेरी मेरी एक जिंदड़ी। उंज वेखण नूं असीं तो के तेरी मेरी एक जिंदड़ी। तुसीं सुन रहे हो वीकेंड क्लासिक रेडियो शो खुशबू दे नाल। इहनां दी मुहब्बत रां ਇਹਨਾਂ ਦੇ ਗਾਉਣ 'ਤੇ ਵੀ ਇਹਨਾਂ ਦੇ ਪਰਿਵਾਰ ਨੂੰ ਇਤਰਾਜ਼ ਸੀ ਅਤੇ ਉਸ ਦੇ ਖਿਲਾਫ਼ ਵੀ ਸਨ। ਪਰ 1931 ਵਿੱਚ ਕੁਛ ਅਜਿਹਾ ਹੋਇਆ ਜਿਸ ਨਾਲ ਇਹਨਾਂ ਨੂੰ ਇਜਾਜ਼ਤ ਮਿਲ ਗਈ। ਇਸ ਦਾ ਸ਼੍ਰੇਅ ਜਾਂਦਾ ਹੈ ਇਹਨਾਂ ਦੇ ਚਾਚਾ ਜੀ ਨੂੰ, ਜੋ ਗਜ਼ਲਾਂ ਅਤੇ ਕਵਾਲੀਆਂ ਦੇ ਸ਼ੌਕੀਨ ਸੀਗੇ। ਉਹ ਬੇਗਮ ਨੂੰ ਚੋਰੀ ਛੁਪੇ ਲਾਹੌਰ ਦੇ ਇੱਕ ਮਿਊਜ਼ੀਸ਼ੀਅਨ ਅਤੇ ਕੰਪੋਜ਼ਰ ਗੁਲਾਮ ਹੈਦਰ ਕੋਲ ਲੈ ਗਏ। ਜ਼ੈਨੋਫੋਨ ਮਿਊਜ਼ਿਕ ਕੰਪਨੀ ਵਿੱਚ ਸ਼ਮਸ਼ਾਦ ਜੀ ਨੇ ਆਡੀਸ਼ਨ ਲਈ ਬਹਾਦੁਰ ਸ਼ਾਹ ਜ਼ਫਰ ਦੀ ਗਜ਼ਲ ਮੇਰਾ ਯਾਰ ਮੁਝੇ ਮਿਲੇ ਅਗਰ ਗਾਈ, ਅਤੇ ਸੁਣਦੇ ਹੀ ਹੈਦਰ ਸਾਹਿਬ ਨੇ ਉਹਨਾਂ ਨੂੰ 12 ਗੀਤਾਂ ਦਾ ਕੰਟਰੈਕਟ ਆਫਰ ਕੀਤਾ ਅਤੇ ਉਹ ਸਭ ਸਹੂਲਤਾਂ ਜੋ ਕਿ ਕਿਸੇ ਟੌਪ ਦੇ ਗਾਇਕ ਨੂੰ ਮਿਲਦੀਆਂ ਸੀ। ਇਸ ਕੰਟਰੈਕਟ ਨੂੰ ਸਾਈਨ ਕਰਨ ਦੀ ਮਨਜ਼ੂਰੀ ਲਈ ਇਹਨਾਂ ਦੇ ਚਾਚਾ ਜੀ ਨੇ ਹੀ ਇਹਨਾਂ ਦੇ ਅੱਬੂ ਨੂੰ ਮਨਾਇਆ। ਅਤੇ ਪਤਾ ਹੈ ਇਹਨਾਂ ਦੇ ਅੱਬੂ ਨੇ ਇਸ ਲਈ ਇੱਕ ਸ਼ਰਤ ਰੱਖੀ ਕਿ ਬੇਗਮ ਜੀ ਗਾਣਾ ਬੁਰਕੇ ਵਿੱਚ ਹੀ ਗਾਉਣਗੇ ਅਤੇ ਆਪਣੀ ਫੋਟੋ ਨਹੀਂ ਲੈਣ ਦੇਣਗੇ। ਅਤੇ ਪਤਾ ਹੈ ਕੀ ਕੀਮਤ ਤੈਅ ਹੋਈ ਸੀ ਇਹਨਾਂ ਗੀਤਾਂ ਲਈ? ਹਰ ਗੀਤ ਦੇ 15 ਰੁਪਏ ਅਤੇ ਕੰਟਰੈਕਟ ਪੂਰਾ ਹੋਣ 'ਤੇ ਕੰਪਨੀ ਵੱਲੋਂ 500 ਦਾ ਇਨਾਮ। ਇਸ ਪੜਾਵ ਤੋਂ ਅੱਗੇ ਵਧਦੇ ਹੋਏ ਇਹਨਾਂ ਨੇ ਕਾਮਯਾਬੀ ਵੱਲ ਆਪਣੇ ਕਦਮ ਚੁੱਕੇ। ਅੱਗੇ ਪੇਸ਼ ਹੈ ਇਹਨਾਂ ਦਾ ਗੀਤ ਨੀ ਟੁੱਟ ਜਾਏ ਰੇਲ ਗੱਡੀਏ, ਮੁੜ ਕੇ ਇਹਨਾਂ ਦੇ ਹੋਰ ਕਿੱਸੇ ਅਤੇ ਕਹਾਣੀਆਂ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਟੁੱਟ ਜਾਏ ਰੇਲ ਗੱਡੀਏ ਤੂੰ ਰੋਕ ਲਿਆ ਚੰਨ ਮੇਰਾ।
मन चढ़िया ठंडिया हवावा जुल्फां चढ़िया उस चन नू जद बदलन घेरिया उस चन नू जद बदलन घेरिया घेर लिया तू चन मेरा नी टुट जाए रेल गड्डिए ਮੈਨੂੰ ਉਮੀਦ ਹੈ ਤੁਸੀਂ ਇਹ ਐਪੀਸੋਡ ਇੰਜੋਏ ਕੀਤਾ। ਵੀਕਐਂਡ ਕਲਾਸਿਕ ਰੇਡੀਓ ਸ਼ੋ ਹਰ ਸ਼ੁੱਕਰਵਾਰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ ਰਿਲੀਜ਼ ਹੁੰਦਾ ਹੈ। ਪਲੀਜ਼ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਹਫ਼ਤੇ ਮਿਲ ਸਕੀਏ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਸ਼ਮਸ਼ਾਦ ਬੇਗਮ ਜੀ ਨੇ ਆਪਣੇ ਪਹਿਲੇ ਕੰਟਰੈਕਟ ਨੂੰ ਤਾਂ ਬਿਨਾਂ ਕਿਸੇ ਰਸਮੀ ਤਾਲੀਮ ਦੇ ਹਾਸਲ ਕਰ ਲਿਆ ਅਤੇ ਅੱਗੇ 1937 ਤੋਂ 1939 ਦੇ ਵਿੱਚ ਗੁਲਾਮ ਹੈਦਰ ਸਾਹਿਬ ਨੇ ਅਤੇ ਉਸ ਤੋਂ ਬਾਅਦ ਹੁਸੈਨ ਬਖਸ਼ ਵਾਲੇ ਸਾਹਿਬ ਨੇ ਇਹਨਾਂ ਦੀ ਗਾਇਕੀ ਬਿਹਤਰ ਕੀਤੀ। ਇਹਨਾਂ ਦੇ ਕਰੀਅਰ ਵਿੱਚ ਇਹਨਾਂ ਨੂੰ ਇੱਕ ਵੱਡਾ ਬ੍ਰੇਕ ਮਿਲਿਆ ਪੇਸ਼ਾਵਰ ਅਤੇ ਲਾਹੌਰ ਦੇ ਆਲ ਇੰਡੀਆ ਰੇਡੀਓ 'ਤੇ, ਜਿੱਥੇ ਇਹਨਾਂ ਨੇ ਗਾਉਣਾ ਸ਼ੁਰੂ ਕੀਤਾ। ਉੱਥੋਂ ਹੀ ਮਿਊਜ਼ਿਕ ਡਾਇਰੈਕਟਰਸ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਇਹਨਾਂ ਨਾਲ ਕੰਮ ਕਰਨ ਦੇ ਇੱਛੁਕ ਹੋਏ। ਇੱਕ ਵਾਰ ਤਾਂ ਇਹਨਾਂ ਨੂੰ ਫਿਲਮ ਵਿੱਚ ਅਭਿਨੈ ਕਰਨ ਦਾ ਔਫਰ ਵੀ ਮਿਲਿਆ ਸੀ,
ਤੇ ਸਕਰੀਨ ਟੈਸਟ ਤੋਂ ਬਾਅਦ ਇਹ ਚੁਣੇ ਵੀ ਗਏ, ਪਰ ਆਪਣੇ ਅੱਬਾ ਦੇ ਸਾਫ਼ ਇਨਕਾਰ ਅਤੇ ਗਾਇਕੀ 'ਤੇ ਵੀ ਰੋਕ ਲਾਉਣ ਦੀ ਧਮਕੀ ਦੇ ਬਾਅਦ ਇਹਨਾਂ ਨੇ ਅਭਿਨੈ ਕਰਨ ਦਾ ਇਰਾਦਾ ਛੱਡ ਦਿੱਤਾ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਮੈਂ ਉਮੀਦ ਕਰਨੀ ਆ ਤੁਸੀਂ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਦੇ ਇਸ ਐਪੀਸੋਡ ਨੂੰ ਇੰਜੋਏ ਕਰ ਰਹੇ ਹੋਗੇ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਇਸ ਐਪੀਸੋਡ ਨੂੰ ਸ਼ੇਅਰ ਕਰੋ। ਉਹ ਵੀ ਤਾਂ ਮਜ਼ੇ ਲੈਣ ਤੇ ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਨਾ ਤੇ ਰੋਣ ਖੜੀਆਂ। ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਨਾ ਤੇ ਰੋਣ ਖੜੀਆਂ। ਰੋਣ ਖੜੀਆਂ ਹੈ, ਰੋਣ ਖੜੀਆਂ ਹੈ, ਰੋਣ ਖੜੀਆਂ ਹੈ। ਜਿੰਨਾ ਪਿਆਰ ਕੀਤਾ ਇੱਕ ਵਾਰੀ, ਪੱਤਨਾ ਤੇ ਰੋਣ ਖੜੀਆਂ। ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਨਾ ਤੇ ਰੋਣ ਖੜੀਆਂ। ਗੁੱਡੀ ਵਾਂਗੂ ਲੁੱਟੀ
परौने मांगू टूर गई गुड्डी मांगू लुट्टी परौने मांगू टूर गई तंद वांगू टूटी ते बेड़ी वांगू रुड़ गई तंद वांगू टूटी ते बेड़ी वांगू रुड़ रुड़ जाती उम्र सारी कच्ची टूट गई वे कच्ची टूट गई जिना दी यारी फतना ते रोन कड़िया कच्ची टूट गई जिना दी यारी फतना ते रोन कड़िया दुखां दिया राता ते हमा दे सवेरे ले सूलां दा ए टिक्का ते कंडियां दे सेरे ने सूलां दा ए टिक्का ते कंडियां दे सेरे सेरे चुप दिन वांग कटारी कच्ची टूट गई वे कच्ची टूट गई जिना दी यारी फतना ते रोन खड़िया कच्ची टूट गई जिना दी यारी फतना ते रोन खड़िया ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਸ਼ਮਸ਼ਾਦ ਬੇਗਮ ਜੀ ਦੇ ਕਰੀਅਰ ਵਿੱਚ ਇੱਕ ਨਵਾਂ ਮੋੜ ਇੱਕ ਬਦਲਾਵ ਨਾਲ ਆਇਆ। ਉਹ ਬਦਲਾਵ ਸੀ ਉਹਨਾਂ ਦਾ ਮੁੰਬਈ ਆ ਜਾਣਾ। ਹਰ ਵਾਰ ਦੀ ਤਰ੍ਹਾਂ ਕਰਦਿਆਂ ਦੀ ਮਨਜ਼ੂਰੀ ਨਹੀਂ ਸੀ ਮਿਲੀ, ਪਰ ਅਖੀਰ ਮਹਿਬੂਬ ਖਾਨ ਉਹਨਾਂ ਦੇ ਹਸਬੈਂਡ ਨੂੰ ਮਨਾ ਕੇ ਲੈ ਹੀ ਆਏ। ਕਿਹਾ, ਮੈਂ ਇਸ ਨੂੰ ਮੁੰਬਈ ਲੈ ਕੇ ਜਾਵਾਂਗਾ, ਫਲੈਟ ਗੱਡੀ ਨਾਲ ਰਹਿਣ ਨੂੰ 4-6 ਬੰਦਿਆਂ ਦੀ ਟੀਮ, ਬਸ ਤੁਸੀਂ ਭੇਜ ਦਿਉ। ਅਤੇ ਇਸ ਤਰ੍ਹਾਂ ਮੰਦੇ ਮਨਾਂਦੇ ਉਹ ਮੁੰਬਈ ਕੂਚ ਕਰ ਗਏ ਅਤੇ ਉੱਥੇ ਸ਼ੁਰੂ ਹੋਇਆ ਉਹਨਾਂ ਦੀ ਸਫਲਤਾ ਦਾ ਇੱਕ ਨਵਾਂ ਪੜਾਵ। ਖਜ਼ਾਨਚੀ, ਖਾਨਦਾਨ, ਜ਼ਮੀਨਦਾਰ, ਪੂੰਜੀ ਅਤੇ ਹੋਰ ਅਨੇਕਾਂ ਫਿਲਮਾਂ ਲਈ ਇਹਨਾਂ ਨੇ ਆਪਣੀ ਆਵਾਜ਼ ਦਿੱਤੀ। ਜਦ ਗੁਲਾਮ ਹੈਦਰ ਸਾਹਿਬ ਮੁੰਬਈ ਆਏ ਤਾਂ ਇਹਨਾਂ ਨੇ ਉਹਨਾਂ ਨਾਲ ਵੀ ਕਾਫੀ ਕੰਮ ਕੀਤਾ, ਪਰ ਬਟਵਾਰੇ ਤੋਂ ਬਾਅਦ ਹੈਦਰ ਸਾਹਿਬ ਪਾਕਿਸਤਾਨ ਚਲੇ ਗਏ ਅਤੇ ਸ਼ਮਸ਼ਾਦ ਬੇਗਮ ਜੀ 40 ਦੇ ਦਸ਼ਕ ਤੋਂ 60 ਦੇ ਸ਼ੁਰੂਆਤੀ ਦਸ਼ਕ ਵਿੱਚ ਸੰਗੀਤ ਦੀ ਦੁਨੀਆ ਵਿੱਚ ਛਾਏ ਰਹੇ। ਇੱਕ ਇਹੋ ਜਿਹੀ ਆਵਾਜ਼ ਜੋ ਆਪਣੇ ਨਾਲ ਦੇ ਸਾਥੀਆਂ ਤੋਂ ਬਿਲਕੁਲ ਵੱਖਰੀ ਸੀ, ਫਿਰ ਚਾਹੇ ਉਹ ਨੂਰ ਜਹਾਂ ਹੋਣ ਜਾਂ ਮੁਬਾਰਕ ਬੇਗਮ, ਸੁਰੱਈਆ ਜੀ ਜਾਂ ਗੀਤਾ ਦੱਤ ਜੀ। ਇਹਨਾਂ ਸਾਥੀਆਂ ਤੋਂ ਬਾਅਦ ਇਹਨਾਂ ਨਾਲ ਇੱਕ ਨਾਂ ਹੋਰ ਆਉਣਾ ਸ਼ੁਰੂ ਹੋਇਆ, ਲਤਾ ਮੰਗੇਸ਼ਕਰ ਜੀ ਦਾ। ਇਹਨਾਂ ਨੇ ਨਾਲ ਡਿਊਟਸ ਵੀ ਗਾਏ, ਪਰ ਤੁਹਾਨੂੰ ਕੀ ਇਹ ਪਤਾ ਹੈ ਕਿ ਲਤਾ ਜੀ ਨੇ ਸ਼ਮਸ਼ਾਦ ਬੇਗਮ ਦੇ ਗੀਤ ਵਿੱਚ ਕੋਰਸ ਵੀ ਗਾਇਆ? ਇਹ ਕਿੱਸਾ ਗੀਤਾਂ ਤੋਂ ਬਾਅਦ ਜਾਰੀ ਰਹੇਗਾ। ਸੁਣਦੇ ਰਹੋ, ਸਾਡੇ ਨਾਲ ਬਣੇ ਰਹੋ, ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਵਾਲੀ ਚੰਨ ਮੇਰਾ ਦੂਰ ਨੀ
ਵਿੱਚ ਦੱਸੋ ਫੇਰ ਕਿਹਦਾ ਏ ਕਸੂਰ ਨੀ ਰੁਤਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀ ਸਾਡਾ ਇਹ ਐਪੀਸੋਡ ਪਸੰਦ ਆਇਆ ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਅਸੀਂ ਗੱਲ ਕਰ ਰਹੇ ਸੀ ਲਤਾ ਮੰਗੇਸ਼ਕਰ ਜੀ ਦੀ, ਜਿਨ੍ਹਾਂ ਨੇ ਗਾਉਣਾ ਉਦੋਂ ਸ਼ੁਰੂ ਕੀਤਾ ਜਦ ਸ਼ਮਸ਼ਾਦ ਬੇਗਮ ਜੀ ਆਪਣੇ ਕਰੀਅਰ ਦੀ ਉਚਾਈ 'ਤੇ ਸੀਗੇ। ਜਦ ਉਹਨਾਂ ਨੇ ਅਤੇ ਆਸ਼ਾ ਭੋਸਲੇ ਜੀ ਨੇ ਗਾਣਾ ਸ਼ੁਰੂ ਕੀਤਾ ਅਤੇ ਕੰਮ ਮਿਲਣਾ ਸ਼ੁਰੂ ਹੋਇਆ ਅਤੇ ਡਾਇਰੈਕਟਰਸ ਦੀ ਫਰਮਾਇਸ਼ ਹੁੰਦੀ ਸੀ ਕਿ ਸ਼ਮਸ਼ਾਦ ਬੇਗਮ ਦੇ ਸਟਾਈਲ ਵਿੱਚ ਗਾਣਾ ਗਾਓ, ਕਿਉਂਕਿ ਉਹਨਾਂ ਦੀ ਫੀਸ ਜ਼ਿਆਦਾ ਹੁੰਦੀ ਸੀ ਅਤੇ ਉਹ ਅਫੋਰਡ ਨਹੀਂ ਕਰ ਸਕਦੇ ਸੀ। ਲਤਾ ਜੀ ਦੇ ਪਹਿਲੇ ਗੀਤ ਵਿੱਚ ਉਹ ਸ਼ਮਸ਼ਾਦ ਜੀ ਦੇ ਗੀਤ ਵਿੱਚ ਕੋਰਸ ਵਿੱਚ ਸੀਗੇ ਅਤੇ ਉਹਨਾਂ ਦੇ ਕਈ ਗੀਤ ਜਿਵੇਂ ਕਿ ਆਏਗਾ ਆਏਗਾ, ਆਸ਼ਾ ਜੀ ਦਾ ਪਹਿਲਾ ਕਿਸ਼ੋਰ ਕੁਮਾਰ ਜੀ ਨਾਲ ਗਾਇਆ ਡਿਊਟ ਆਤੀ ਹੈ ਯਾਦ ਹਮਕੋ, ਸ਼ਮਸ਼ਾਦ ਬੇਗਮ ਜੀ ਦੇ ਸਟਾਈਲ ਵਿੱਚ ਹੀ ਗਾਏ ਗਏ। ਲਤਾ ਜੀ ਅਤੇ ਸ਼ਮਸ਼ਾਦ ਜੀ ਨੇ ਬਾਅਦ ਵਿੱਚ ਡਿਊਟਸ ਵੀ ਗਾਏ, ਜਿਨ੍ਹਾਂ 'ਚੋਂ ਸਭ ਤੋਂ ਪ੍ਰਸਿੱਧ ਹੋਇਆ ਪਤੰਗਾ ਫਿਲਮ ਦਾ ਗੀਤ ਪਿਆਰ ਕੇ ਜਹਾਨ ਕੀ, ਦੀਦਾਰ ਦਾ ਬਚਪਨ ਕੇ ਦਿਨ। ਇਹਨਾਂ ਦਾ ਐਸ ਡਿਊਟ ਅਖੀਰਲਾ ਗਾਣਾ ਸੀ 1960 ਵਿੱਚ, ਜੋ ਸੀਗਾ ਮੁਗਲ ਆਜ਼ਮ ਦਾ ਤੇਰੀ ਮਹਿਫਿਲ ਮੇਂ ਕਿਸਮਤ।
ਇਸ ਸਫਲਤਾ ਤੋਂ ਬਾਅਦ ਇੱਕ ਸਮਾਂ ਅਜਿਹਾ ਆਇਆ ਜਦ ਸ਼ਮਸ਼ਾਦ ਜੀ ਨੇ ਜਿਵੇਂ ਗਾਉਣ ਦਾ ਮਨ ਹੀ ਛੱਡ ਦਿੱਤਾ ਅਤੇ ਕੁਝ ਚਿਰ ਲਈ ਗਾਇਬ ਹੀ ਹੋ ਗਏ ਅਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਾ ਕਿ ਉਹ ਹਨ ਵੀ ਕਿ ਨਹੀਂ। ਕੀ ਵਾਪਰਿਆ ਜੋ ਇਹ ਨੌਬਤ ਆ ਗਈ। ਇਸ ਕਿੱਸੇ ਲਈ ਥੋੜ੍ਹਾ ਜਿਹਾ ਇੰਤਜ਼ਾਰ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। मेरा जनना कर सरकारी बहुते दिन जंज न रखी आए रे बहुते दिन जंज न रखी साड़ी कर से तू कल की तैयारी छेती डोली तोर बाबला ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ। ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹਰ ਐਪੀਸੋਡ ਨੂੰ ਤੁਹਾਡੇ ਲਈ ਹੋਰ ਮਨੋਰੰਜਕ ਬਣਾਉਣ ਲਈ। ਕੀ ਕੀ
मौत एक अजिहा गम है जो कदी ना मिटन वाले जख्म दे जांदी है। तुसी सुन रहे हो वीकेंड क्लासिक रेडियो शो खुशबू दे नाल। शमशाद बेगम जी दे हस्बैंड दी 1955 विच एक एक्सीडेंट विच होई मौत ने अजिहा ही सदमा दिता इन्हां नूं। उस साल इन्हां ने रिकॉर्डिंग्स बंद कर दित्तियां। ऐसे दौर विच लता मंगेशकर जी दी आवाज़ भी चलन लगी ते डायरेक्टर्स नूं पसंद भी आ गई। इन्हां दो सालां विच बेगम जी दे पहला रिकॉर्ड होए गीत इस समय विच रिलीज़ होए ते सुपरहिट भी होए। फिर 1957 विच महबूब खान ने इन्हां नूं मदर इंडिया विच गवाया। मुड़ के 1965 विच इन्हां ने अपनी रिटायरमेंट अनाउंस तां कीती, पर कुछ कंपोजर्स दे जोर पाउण ते इन्हां ने कुछ गीत होर गाए। इन्ने लंबे ते सुनहरे करियर नूं अवार्ड्स नाल भी सम्मानित किया गया। 2009 विच इन्हां नूं मिलिया ओपी नैयर अवार्ड ते उस साल पद्म भूषण नाल भी नवाजे गए। ऐ शख्सियत जिसने सानू संगीत की दुनिया विच कई नगीने दिते, अखीर 23 अप्रैल 2013 विच सानू छड़ के 94 साल की उम्र विच चल वसी। अज एना ही, अगले हफ्ते फिर मिलांगी संगीत की दुनिया के किसी होर कलाकार नाल रूबरू कराउण। तुसी सुन रहे हो वीकेंड क्लासिक रेडियो शो खुशबू दे नाल सारे गामा पंजाबी यूट्यूब चैनल ते। धुप्पे न पकाई रोटियां हो जाए धुप्पे न पकाई रोटियां। महीना आया विसाख दा छलियां तंदूर से मैं परोथे लानिया तू ते आयो दूर से लस्सी पी ले रोटी खा ले खेती करवे सोने कणक ठंडे हार पावा लखनी पूरा तेरा छनकदा हूं कणक दे तू रखनी देखी किधरे अख दे न जाए कखनी कख तेरिया अखा विच रड़के ते अख सारे पिंड दी दुखे जट पंजाब दा ते सोना मेरा ना मैं हाँ जट पंजाब दा ते सोना मेरा ना पिंड तेरे विच मैं ही कल्ला फड़ांगा तेरी बां हाय हाय आशिक होए ने तू पूछ किसे दा ना जिन्ने आशिक होए ने तू पूछ किसे दा ना पहलों सबने का उड़ाए फिर पकड़ लई बा